ਅੱਜ ਦੇ ਵਿਚਾਰ ਦੇ ਵਿੱਚ ਆਤਮਾ ਅਤੇ ਜੀਵ ਦੇ ਬਾਰੇ ਗੱਲ ਕਰਾਂਗੇ। ਐਡਮ ਐਂਡ ਈਵ। ਰਿਗਵੇਦ ਦੇ ਪਹਿਲੇ ਅਧਿਆਇ ਦੇ 164ਵੇਂ ਸੁਕਤੇ ਦੀਆਂ 20 ਤੋਂ ਲੈ ਕੇ 22 ਪੰਕਤੀਆਂ ਇਸ ਵਿਸ਼ੇ ਤੇ ਇੱਕ ਪੱਖ ਦੀ ਉਦਾਹਰਣ ਨੂੰ ਪੇਸ਼ ਕਰਦੇ ਨੇ। ਸਲੋਕ ਸ਼ੁਰੂ ਹੁੰਦਾ ਹੈ ਜੀ, ਦਵਾ ਸੁਪਰਨਾ ਸਾਯੁਜਾ ਸਾਖਿਆ ਸਮਾਨਿਆਵਾਂ ਵਿਰਕਸ਼ਮ ਪਰੀ। ਸਾਰਾ ਸਲੋਕ ਮੈਂ ਨਹੀਂ ਪੜਾਂਗਾ। ਇਸ ਦੀ ਵਿਆਖਿਆ ਇਹ ਹੈ, ਇੱਕ ਪਿੱਪਲ ਦੇ ਦਰਖਤ ਉੱਤੇ ਦੋ ਮਿੱਤਰ ਪੰਛੀ ਰਹਿੰਦੇ ਹਨ। ਉਨ੍ਹਾਂ ਵਿੱਚੋਂ ਇੱਕ ਉਸ ਦਾ ਮਿੱਠਾ ਫਲ ਖਾਂਦਾ ਹੈ ਅਤੇ ਦੂਸਰਾ ਸਿਰਫ ਉਸ ਨੂੰ ਦੇਖਦਾ ਹੈ। ਇਸੇ ਹੀ ਤਰ੍ਹਾਂ ਸੰਸਾਰ ਵਿੱਚ ਜੀਵ ਸੁੱਖ ਦੁੱਖ ਆਦਿ ਫਲਾਂ ਨੂੰ ਪਰਮਾਤਮਾ ਦੀ ਦੇਖ ਰੇਖ ਵਿੱਚ ਹੀ ਭੋਗਦੇ ਹਨ, ਪਰ ਪਰਮਾਤਮਾ ਅਗਿਆਨੀਆਂ ਵਿੱਚ ਵੀ ਹੁੰਦਾ ਹੈ। ਜੋ ਸਿਰਫ ਫਲਾਂ ਦੇ ਰਸਾਂ ਨੂੰ ਭੋਗਦੇ ਹਨ ਉਹ ਇਸ ਸੰਸਾਰ ਨੂੰ ਅੱਗੇ ਤੋਰਦੇ ਰਹਿੰਦੇ ਹਨ ਅਤੇ ਉਹ ਨਿਰੰਕਾਰ ਦੋਸਤ ਪੰਛੀ ਦੀ ਅਵਸਥਾ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਮੁਕਤ ਨਹੀਂ ਹੁੰਦੇ। ਇਹ ਸ਼ਲੋਕ ਰਿਗਵੇਦ ਵਿੱਚ ਇੱਕ ਬੁਝਾਰਤ ਵਾਂਗਰ ਪਾਏ ਗਏ ਹਨ ਤੇ ਇਹ ਇਸ ਦੀ ਸੀ ਰਵਾਇਤੀ ਵਿਆਖਿਆ। ਇਸੇ ਹੀ ਬੁਝਾਰਤ ਨੂੰ ਸ਼ਲੋਕ ਨੂੰ ਬਹੁਤ ਹੀ ਸਪਸ਼ਟ ਤੇ ਸਰਲ ਕਰਦਾ ਹੋਇਆ ਹੁਣ ਪੇਸ਼ ਹੈ ਜੀ ਤੀਜੇ ਗੁਰੂ ਸਾਹਿਬ ਦਾ ਬਹੁਤ ਹੀ ਸੁੰਦਰ ਸ਼ਲੋਕ। ਤੀਜੇ ਪਾਤਸ਼ਾਹ ਕਹਿੰਦੇ ਨੇ, ਮਹੱਲਾ ਤੀਜਾ, ਨਾਨਕ ਤਰਵਰ ਏਕ ਫਲ ਦੋਏ ਪਖੇਰੂ ਆਏ, ਆਵਤ ਜਾਤ ਨ ਦਿਸਈ ਨਾ ਪਰ ਪੰਖੀ ਤਾਏ, ਬਹੁ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਬਾਣ, ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ। ਇਹ ਸਲੋਕ ਬੁਝਾਰਤ ਵਾਂਗ ਹੀ ਹੈ। ਇੱਕ ਦਰਖਤ ਭਾਵ ਸਰੀਰ ਹੈ ਜਿਸ ਨੂੰ ਇੱਕ ਫਲ ਲੱਗਿਆ ਹੋਇਆ ਹੈ, ਭਾਵ ਇਸ ਦੇ ਅੰਦਰ ਇੱਕ ਨਾਮ ਦਾ ਫਲ ਹੈ। ਉਸ ਉੱਪਰ ਦੋ ਪੰਛੀ ਰਹਿੰਦੇ ਹਨ, ਭਾਵ ਆਤਮਾ ਅਤੇ ਜੀਵ। ਸੋ ਇਸ ਸਰੀਰ ਦੇ ਵਿੱਚ ਇੱਕ ਫਲ ਹੈ ਨਾਮ ਅਤੇ ਇਸ ਦੇ ਵਿੱਚ ਦੋ ਪੰਛੀ ਰਹਿੰਦੇ ਨੇ, ਇੱਕ ਆਤਮਾ ਹੈ ਤੇ ਇੱਕ ਜੀਵ ਹੈ। ਨਾ ਉਹ ਆਉਂਦੇ ਦਿਸਦੇ ਹਨ ਤੇ ਨਾ ਹੀ ਜਾਂਦੇ ਦਿਸਦੇ ਹਨ ਤੇ ਨਾ ਹੀ ਉਹਨਾਂ ਨੂੰ ਕੋਈ ਪੰਖ ਜਾਂ ਫੰਗ ਹੁੰਦੇ ਹਨ। ਦੋਨਾਂ ਮਿੱਤਰਾਂ ਕੋਲ ਹੁਣ ਇੱਕ ਫਲ ਹੈ ਜਿਸ ਨੂੰ ਉਹ ਬਹੁਤ ਰੰਗਾਂ ਨਾਲ ਦੁਨਿਆਵੀ ਤੌਰ ਤੇ ਭੋਗ ਵੀ ਸਕਦੇ ਹਨ, ਪਰ ਜੇ ਉਹ ਨਿਰਵਾਣ ਹੋਣਾ ਚਾਹੁਣ ਤਾਂ ਉਹ ਸ਼ਬਦ ਰਾਹੀਂ ਹਰੀ ਦੇ ਰਸ ਵਿੱਚ ਰੰਗ ਵੀ ਹੋ ਸਕਦੇ ਨੇ। ਜੋ ਕਰਨਾ ਹੈ ਉਹ ਇਹਨਾਂ ਮਿੱਤਰਾਂ ਨੇ ਸਲਾਹ ਨਾਲ ਹੀ ਕਰਨਾ ਹੈ। ਜੇ ਭੋਗਾਂ ਤੋਂ ਉਲਟ ਉਹ ਨਿਰਵਾਣ ਹੋਣਾ ਚਾਹੁਣ ਤਾਂ ਉਹ ਸਿਰਫ ਹਰੀ ਦੇ ਰਸ ਵਿੱਚ ਹੀ ਰੰਗ ਹੁੰਦੇ ਹਨ ਅਤੇ ਇਸ ਅਵਸਥਾ ਵਿੱਚ ਸੱਚਾ ਨਿਸ਼ਾਨ ਨਾਮ ਦੀ ਪ੍ਰਾਪਤੀ ਹੀ ਹੈ। ਹੁਣ ਈਸਾਈ ਧਰਮ ਜਾਂ ਕ੍ਰਿਸਚਨ ਧਰਮ ਦੀ ਵੀ ਇਹੀ ਪਰੰਪਰਾ ਹੈ। ਆਤਮ ਤੇ ਜੀਵ, ਜਿਹੜੀ ਕਿ ਧੁਨੀ ਬਦਲ ਕੇ ਐਡਮ ਐਂਡ ਈਵ ਦਾ ਰੂਪ ਧਾਰ ਕਰ ਗਈ। ਹੁਣ ਉਸ ਦੀ ਕਹਾਣੀ ਮੁਤਾਬਕ ਈਵ ਵਾਜ਼ ਟੈਂਪਟਡ ਟੂ ਈਟ ਦੈਟ ਫਰੂਟ ਐਂਡ ਹੈਂਸ ਅਲੋਂਗ ਵਿਦ ਐਡਮ ਫੈਲ ਫਰੋਮ ਇਟਸ ਪਿਓਰ ਸਟੇਟ ਟੂ ਦ ਲੋਅਰ ਸਟੇਟ ਆਫ ਰੀਪ੍ਰੋਡਕਸ਼ਨ ਇਨ ਦਿਸ ਵਰਲਡ। ਦਿਸ ਇਜ਼ ਅ ਨੌਲੇਜ ਆਫ ਆਤਮਾ ਐਂਡ ਜੀਵ। ਇਹ ਆਤਮਾ ਅਤੇ ਜੀਵ ਦਾ ਗਿਆਨ ਹੈ।